ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀਵੀ 'ਤੇ ਹੀ। ਦੇਖੋ ਜੀ, ਜਿੱਥੇ ਹੁਣ ਆਪਾਂ ਖੜ੍ਹੇ ਹਾਂ, ਇੱਥੇ ਕੋਈ ਫੀਲਿੰਗ ਹੈ ਜਿਹੜੀ, ਇਹ ਕੋਈ 5 star 'ਚ ਵੀ ਇਹ ਫੀਲਿੰਗ ਨਹੀਂ ਕੋਈ ਦੇ ਸਕਦਾ ਆਪਾਂ ਨੂੰ। ਬਾਈ, ਇੱਥੇ ਤਾਂ ਉਹ ਆਨੰਦ ਹੈ ਜਿਹੜਾ ਕਿਤੇ ਨਹੀਂ ਮਿਲ ਸਕਦਾ। ਦੇਖੋ ਤੁਸੀਂ, ਆਹ ਦੇਖੋ ਉਰੇ, ਇਹੋ ਜਿਹੇ ਥਾਂ ਬੰਦਾ ਦਾ ਇੱਥੇ ਮੰਝਾ ਡਾਇਆ ਵਾ ਹੋਵੇ, ਇਹੋ ਜਿਹੀ ਜਗ੍ਹਾ ਇੱਥੇ ਇੱਕ ਮੰਝਾ ਡਾਇਆ ਵਾ ਹੋਵੇ, ਤਿੰਨ ਟਾਉਨ ਆ। ਦੇਖੋ ਹਵਾ ਚੱਲ ਰਹੀ ਹੈ ਉਰੇ, ਠੰਡੀ ਐਨ, ਬਾਗੋ ਬਾਗ। ਦੇਖੋ ਇੱਧਰ ਵੀ ਫੁੱਲ ਐਨ ਨਜ਼ਾਰਾ, ਅਤੇ ਇੱਧਰ ਵੀ ਫੁੱਲ ਨਜ਼ਾਰਾ। ਦੇਖੋ ਹੈ ਕੋਈ ਰੌਲਾ ਨਹੀਂ, ਕੋਈ ਰੱਪਾ ਨਹੀਂ। ਯਾਨੀ ਕਿ ਇਹ ਚੀਜ਼ਾਂ ਪਹਿਲਾਂ ਇੱਦਾਂ ਹੀ ਹੁੰਦਾ ਸੀਗਾ, ਰਸਤੇ ਕੱਚੇ ਹੁੰਦੇ ਸੀਗੇ, ਘਰ ਵੀ ਕੱਚੇ ਹੁੰਦੇ ਸੀਗੇ, ਦਰੱਖਤ ਵੱਧ ਹੁੰਦੇ, ਕਿਉਂਕਿ ਦਰੱਖਤਾਂ ਦੇ ਹੇਠਾਂ ਹੀ ਬਹਿ ਕੇ ਦੁਪਹਿਰੇ ਕੱਟਣੇ ਨੇ, ਠੀਕ ਹੈ ਨਾ। ਦਿਨ 'ਚ ਦਰੱਖਤਾਂ ਦੇ ਹੇਠਾਂ, ਰਾਤ ਨੂੰ ਆਪਣਾ ਮੱਛਰਦਾਨੀਆਂ ਲਾ ਲੈਣੀਆਂ ਤੀਆਂ, ਪੈ ਜਾਣਾ ਇੱਕ ਨੇ ਪੱਖੇ ਝੱਲੀ ਜਾਣੇ, ਉਹ ਚੀਜ਼ਾਂ ਹੁਣ ਏਸੀਆਂ ਨਾਲ ਵੀ ਹੁਣ ਮਜ਼ਾ ਨਹੀਂ ਜਿਹੜਾ ਜਦ ਬਿਨਾਂ ਲੈਟ ਤੋਂ ਸੀਗਾ, ਬਿਨਾਂ ਏਸੀਆਂ ਤੋਂ ਸੀਗਾ। ਚਲੋ ਲਓ, ਇਹ ਚੱਲ ਪਿਆ ਸਾਡੇ ਏਰੀਏ 'ਚ ਤਾਂ ਕੰਮ ਪੂਰਾ, ਲੱਗ ਗਿਆ ਮੀਂਹ ਪੈਣ। ਇਹ ਜਿਹੜਾ ਮੀਂਹ ਪੈ ਰਿਹਾ, ਅੱਛਾ, ਕੋਈ ਹਵਾ ਨਹੀਂ ਚੱਲਦੀ, ਕੋਈ ਤੂਫਾਨ ਨਹੀਂ, ਹਨੇਰੀ ਨਹੀਂ, ਕੋਈ ਬੱਦਲ ਨਹੀਂ ਗਰਜ ਰਿਹਾ, ਕੋਈ ਬਿਜਲੀ ਨਹੀਂ ਲਸ਼ਕ ਰਹੀ, ਬਾਰਿਸ਼ ਜ਼ਰੂਰ ਪੈ ਰਹੀ ਹੈ। ਅੱਛਾ, ਮੈਂ ਚੰਡੀਗੜ੍ਹ ਜਾ ਕੇ ਆਇਆ, ਚੰਡੀਗੜ੍ਹ ਤੋਂ ਲੈ ਕੇ ਸਾਡੇ ਪਿੰਡ ਤੱਕ ਐਵੇਂ ਹੀ ਮੀਂਹ ਪੈ ਰਿਹਾ, ਬਸ ਆਰਾਮ ਨਾਲ ਮੀਂਹ ਪੈ ਰਿਹਾ, ਔਰ ਬੱਦਲ ਬਿਲਕੁਲ ਐਨ ਘੁਲਿਆ ਪਿਆ ਐਨ। ਨਹੀਂ ਕਿਹਾ ਤੂੰ, ਇੱਕ ਹੁਣ ਮੌਸਮ ਇੱਕਦਮ ਚੇਂਜ ਹੋਊਗਾ, ਏਸੀ ਹੁਣ ਬੰਦ ਹੋ ਜਾਣਗੇ, ਵੀ ਠੰਡਾ ਹੋ ਜਾਊਗਾ ਮੌਸਮ ਇੱਕਦਮ ਚੇਂਜ ਮੌਸਮ ਦੇ ਵਿੱਚ। ਇਹ ਬਾਕੀ ਹੁਣ ਦੇਖਦੇ ਹਾਂ, ਕਿਤੇ ਝੜੀ ਉਹਨਾਂ ਲਾ ਕੇ ਬਹਿ ਜਾਵੇ। ਹੁਣ ਜੀਰੀਆਂ ਵੀ ਨਿਸਰੇ ਆਈਆਂ, ਹੁਣ ਇੰਨਾ ਜ਼ਿਆਦਾ ਵੀ ਮੀਂਹ ਨਹੀਂ ਚਾਹੀਦਾ। ਚਲੋ ਇੱਕ ਬਹੁਤ ਵਧੀਆ ਚੀਜ਼ ਹੈ, ਨਾਲ ਝੱਖੜ, ਹਨੇਰੀ ਨਹੀਂ ਚੱਲ ਰਹੀ, ਆਹ ਬਹੁਤ ਵਧੀਆ ਗੱਲ ਹੈ। ਅਤੇ ਆਪਾਂ ਹੁਣ ਮਿਲਦੇ ਹਾਂ ਸਵੇਰ ਦਾ, ਅੱਜ ਹੁਣ ਮੌਕਾ ਮਿਲਿਆ ਮੈਨੂੰ, ਮੈਂ ਕਿਹਾ ਚਲੋ ਮੇਰਾ ਬਲੌਗ ਬਾਈ ਪਿਆ ਪਿੱਛੇ, ਅੱਜ ਤਾਂ ਮੈਂ ਬਣਾ ਲਾ ਹੁਣ, ਅਤੇ ਬਾਕੀ ਆਪਾਂ ਹੁਣ ਜਾ ਕੇ ਸਰਹੰਦ ਮਿਲਦੇ ਹਾਂ, ਤੁਸੀਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ। ਇਹ ਬਾਜ਼ਾਰ 'ਚ ਪਤਾ ਨਹੀਂ ਕਿਆ, ਸਾਰੇ ਪੁਲਿਸ ਲੱਗੀ ਵੀ ਹੈ, ਖੜੇ ਦਿਖਾਉਣਾ ਇੱਥੇ। ਮੈਨੂੰ ਲੱਗਦਾ ਕੋਈ ਹੋਣਾ ਯਾਰ, ਕੋਈ ਫੰਕਸ਼ਨ ਇੱਥੇ ਕੋਈ ਆਇਆ ਵਾ ਹੋਣਾ, ਕੋਈ ਵੱਡਾ, ਕੋਈ ਜਾਂ ਤਾਂ ਕੋਈ ਮੰਤਰੀ ਆਇਆ ਵਾ ਲੱਗਦਾ ਉਰੇ, ਜਾਂ ਫਿਰ ਕੋਈ ਮੈਨੂੰ ਲੱਗਦਾ ਉਰੇ ਪ੍ਰੋਗਰਾਮ ਆ, ਕੋਈ ਜਾਂ ਤਾਂ ਅੱਜ ਕੋਈ ਆਇਆ ਹੋਇਆ ਇੱਥੇ ਬਾਜ਼ਾਰ 'ਚ, ਜਾਂ ਫਿਰ ਵੈਸੇ ਹੀ ਪੁਲਿਸ ਭਾਈ ਚੈਕਿੰਗ 'ਤੇ ਹੈ। ਸਮਾਨ ਲੈਣਾ ਬਾਜ਼ਾਰ 'ਚੋਂ ਥੋੜ੍ਹਾ ਜਿਹਾ, ਸਾਰਾ ਦਿਨ ਅੱਜ ਐਵੇਂ ਹੀ ਬਸ ਵਿਅਸਤ ਰਹੇ, ਵੀਡੀਓ ਵੀ ਨਹੀਂ ਬਣਾ ਸਕੇ, ਅਤੇ ਹੁਣ ਬਣਾਊਂਗਾ ਜਿੰਨਾ ਕੁ ਬਲੌਗ ਮੇਰੇ ਤੋਂ ਬਣਿਆ, ਪਰ ਅੱਜ ਲੰਬਾ ਬਲੌਗ ਨਹੀਂ ਬਣਨਾ, ਅਤੇ ਹੁਣ ਬਸ ਥੋੜ੍ਹੇ ਦੇਰ ਦਾ ਹੀ ਬਲੌਗ ਬਣੂਗਾ, ਬਣਾ ਕੇ ਫਿਰ ਉਹੀ ਪਾਵਾਂਗੇ, ਅਤੇ ਮਿਲਦੇ ਹਾਂ ਫਿਰ ਆਪਾਂ ਹੁਣ ਤੁਹਾਨੂੰ। ਇਹ ਕੰਮ ਹੈ ਮੈਨੂੰ, ਅੰਕਲ ਹੋਣੀ ਨੇ ਮਸ਼ੀਨਾਂ ਦਾ ਕੰਮ ਕਰਦੇ ਨੇ ਇਹ, ਵਧੀਆ ਸਰਹੰਦ ਸਾਡੇ। ਇਹਨਾਂ ਤੋਂ ਥੋੜ੍ਹਾ ਸਮਾਨ ਲੈਣਾ ਸੀਗਾ, ਇੱਕ ਉਹ ਮਿਲ ਗਿਆ ਆਪਾਂ ਨੂੰ, ਇੱਕ ਨਟ ਲੈਣਾ ਸੀਗਾ, ਉਹ ਇਹਨਾਂ ਤੋਂ ਹੀ ਮਿਲਦਾ, ਅਤੇ ਜਿਹੜਾ ਉਹ ਇੰਨਾ ਇਕੱਠ ਹੋਇਆ ਵਾ ਨਾ, ਮੈਂ ਤੁਹਾਨੂੰ ਜਿਹੜੀ ਇੰਨੀ ਪੁਲਿਸ ਲੱਗੀ ਹੋਈ ਆ, ਉਹ ਪੁਲਿਸ ਕਿਉਂ ਲੱਗੀ ਹੋਈ ਆ, ਉਹ ਤਾਂ ਲੱਗੀ ਹੋਈ ਆ ਕਿਉਂਕਿ ਉੱਥੇ ਪਾਕਿਸਤਾਨ ਤੋਂ ਜਿਹੜਾ ਸਾਡੇ ਫਤਿਹਗੜ੍ਹ ਸਾਹਿਬ ਰੋਜ਼ਾ ਸ਼ਰੀਫ ਜਿਹੜਾ ਕਹਿੰਦੇ ਨੇ, ਜਿੱਥੇ ਮੇਲਾ ਲੱਗਦਾ ਹਰ ਸਾਲ ਰੋਜ਼ਿਆਂ 'ਚ, ਅਤੇ ਉੱਥੇ ਅੱਜ ਆਖਰੀ ਦਿਨ ਹੈ ਮੇਲੇ ਦਾ, ਅਤੇ ਉਹ ਅੱਜ ਉੱਥੇ ਉਹ ਜਿੰਨੇ ਵੀ ਪਾਕਿਸਤਾਨ ਤੋਂ ਸੰਗਤ ਆਈ ਹੋਈ ਹੈ, ਆਪਾਂ ਤਾਂ ਸੰਗਤ 'ਤੇ ਕਹਾਂਗੇ ਵੀ ਸੰਗਤ ਆਈ ਹੋਈ ਹੈ, ਉਹ ਸੰਗਤ ਅੱਜ ਸ਼ੋਪਿੰਗ ਕਰਨ ਦੇ ਵਾਸਤੇ
ਬਾਜ਼ਾਰ ਦੇ ਵਿੱਚ ਆਏ ਹੋਏ ਨੇ, ਉਹ ਬਾਜ਼ਾਰ ਦੇ ਵਿੱਚ ਘੁੰਮਣ ਆਏ ਹੋਏ ਨੇ, ਉਹਦੇ ਕਰਕੇ ਪੁਲਿਸ ਉਹਨਾਂ ਦੀ ਸਿਕਿਉਰਿਟੀ ਦੇ ਵਜੋਂ ਪੁਲਿਸ ਆਈ ਹੋਈ ਹੈ। ਅਤੇ ਉਹ ਹੁਣ ਬਾਜ਼ਾਰ ਦੇ ਵਿੱਚ ਸਮਾਨ ਲੈਂਦੇ ਫਿਰਦੇ ਨੇ, ਅਤੇ ਸ਼ਾਇਦ ਜੇ ਕੋਈ ਮਿਲਿਆ ਮੈਂ ਤੁਹਾਨੂੰ ਦਿਖਾਉਣਾ ਮਿਲਾਉਣਾ ਤੁਹਾਨੂੰ। ਪਾਕਿਸਤਾਨ ਤੋਂ ਆਏ ਹੋਏ ਨੇ ਬਹੁਤ, ਪਾਕਿਸਤਾਨ ਤੋਂ ਬਹੁਤ ਜ਼ਿਆਦਾ, ਸਾਡੇ ਸਰਹੰਦ ਬਹੁਤ ਜ਼ਿਆਦਾ ਆਉਂਦੇ ਨੇ ਪਾਕਿਸਤਾਨ ਤੋਂ, ਅਤੇ ਅੱਜ ਹੁਣ ਘੁੰਮਦੇ ਫਿਰਦੇ ਨੇ। ਕਿਸੇ ਨੇ ਕੋਈ ਸਮਾਨ ਲੈਣਾ, ਕਿਸੇ ਨੇ ਕੋਈ ਲੈਣਾ, ਸਾਰੇ ਅੱਜ ਇੱਥੇ ਸਮਾਨ ਖਰੀਦਦੇ ਫਿਰਦੇ ਨੇ। ਜੇ ਕੋਈ ਦਿਖਿਆ ਮੈਂ ਤੁਹਾਨੂੰ ਹੁਣ ਜ਼ਰੂਰ ਦਿਖਾਊਂਗਾ ਬਾਜ਼ਾਰ 'ਚ। ਇੱਥੇ ਪੁਲਿਸ ਬਹੁਤ ਜ਼ਿਆਦਾ, ਪੁਲਿਸ ਬਾਈ ਲਵੇ ਤਾਂ ਲੱਗਣ ਨਹੀਂ ਦਿੰਦੇ ਵੈਸੇ ਉਹਨਾਂ ਦੇ ਕਿਸੇ ਨੂੰ, ਕਿਉਂਕਿ ਬਾਈ ਸਿਕਿਉਰਿਟੀ ਤਾਂ ਸਿਕਿਉਰਿਟੀ ਹੈ, ਸਿਕਿਉਰਿਟੀ ਦਾ ਮਸਲਾ ਹੈ। ਆਪਣੇ ਵੀ ਜਦੋਂ ਪੰਜਾਬ ਦੇ ਲਾ ਲਓ, ਇੰਡੀਆ ਦੇ ਜਦੋਂ ਪਾਕਿਸਤਾਨ ਦੇ ਵਿੱਚ ਵੀਜ਼ਾ ਲਵਾ ਕੇ ਜਾਂਦੇ ਨੇ, ਉੱਥੇ ਦੀ ਪੁਲਿਸ ਵੀ ਸਿਕਿਉਰਿਟੀ ਕਰਦੀ ਆ ਪੂਰੀ, ਪੂਰਾ ਐਨ ਇੰਤਜ਼ਾਮ ਰੱਖਦੇ ਨੇ ਵੀ ਕੋਈ ਬੰਦਾ ਟੱਚ ਨਾ ਕਰ ਜਾਵੇ ਕਿਸੇ ਨੂੰ। ਸ਼ਰਾਰਤੀ ਅਨਸਰ ਵੀ ਹੁੰਦੇ ਹੀ ਨੇ ਹਰ ਕਿਤੇ, ਅਤੇ ਸ਼ਾਇਦ ਕੋਈ ਇੱਥੇ ਕੋਈ ਦਿਖ ਜਾਵੇ ਤੁਹਾਨੂੰ ਦਿਖਾਉਣਾ ਮੈਂ। ਉਹ ਹੈਗੇ ਤਾਂ ਆਪਣੇ ਲੋਕ ਸੀਗੇ, ਉਹ ਦੇਸ਼ ਵੱਖਰੋ ਵੱਖੋ ਵੱਖ ਹੋ ਗਏ। ਹਾਂ, ਇੱਥੇ ਸਾਰੇ ਅਫਸਰ ਫਤਿਹਗੜ੍ਹ ਸਾਹਿਬ ਦੇ, ਪੁਲਿਸ ਪੂਰੀ ਸਾਰੀ ਸਾਰੀ ਲੱਗੀ ਹੋਈ ਆ ਅੱਜ ਬਾਜ਼ਾਰ ਦੇ ਵਿੱਚ। ਅਤੇ ਆਹ ਦੇਖੋ ਹੁਣ ਪੂਰੀ, ਆਹ ਦੇਖੋ ਬੱਸਾਂ ਖੜ੍ਹੀਆਂ ਨੇ ਪੁਲਿਸ ਦੀਆਂ, ਤੁਹਾਨੂੰ ਪਹਿਲਾਂ ਵੀ ਦਿਖਾ ਦਿੱਤੀ ਸੀਗੀਆਂ ਮੈਂ। ਹੁਣ ਚੱਲਦੇ ਆਪਾਂ ਆਪਣੇ ਪਿੰਡ ਬਾਈ, ਦਿਖਿਆ ਤਾਂ ਹੈ ਨਹੀਂ ਕੋਈ, ਕਹਿੰਦੇ ਪਾਕਿਸਤਾਨ ਦੇ ਬਹੁਤ ਸੰਗਤ ਆਈ ਹੋਈ ਹੈ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨ, ਕਿਉਂਕਿ ਪਹਿਲਾਂ ਮੀਂਹ ਪੈ ਰਿਹਾ ਸੀਗਾ ਇਸ ਕਰਕੇ ਲੇਟ ਆਏ ਹੋਣੇ, ਅਤੇ ਹੁਣ ਦੇਖਦੇ ਹਾਂ ਕਿਆ ਬਣਦਾ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਪਿੰਡ ਨੂੰ, ਆਪਣੇ ਪਿੰਡ ਜਾ ਕੇ ਫਿਰ ਦੇਖਦੇ ਹਾਂ ਕਿਆ ਬਣਦਾ। ਦੇਖੋ ਇੰਨੇ ਮੇਰਾ ਸਰਹੰਦ ਬਾਜ਼ਾਰ, ਦੇਖੋ ਸਰਹੰਦ ਦਾ ਅਸੀਂ ਸ਼ਾਇਦ ਆਰ ਕੇ ਦੇਖੋ ਨਾ। ਹਾਂਜੀ ਗਾਇਜ਼, ਆਪਾਂ ਪਹੁੰਚ ਗਏ ਹਾਂ ਆਪਣੇ ਘਰ, ਅਤੇ ਚੇਂਜ ਕਰ ਲਈ ਹੈ ਆਪਣੀ ਐਡਰੈਸ, ਅਤੇ ਹੁਣ ਆਪਾਂ ਕੱਲ੍ਹ ਮਿਲਾਂਗੇ ਨਵੇਂ ਬਲੌਗ 'ਚ। ਅੱਜ ਤਾਂ ਮੇਰੇ ਤੋਂ ਬਲੌਗ ਬਣਿਆ ਹੀ ਨਹੀਂ, ਅੱਜ ਤਾਂ ਸਾਰਾ ਦਿਨ ਬਸ ਕੰਮ 'ਚ ਬਿਜ਼ੀ ਰਹੇ ਸਾਰਾ ਦਿਨ, ਬਲੌਗ ਮੇਰੇ ਤੋਂ ਬਣਿਆ ਨਹੀਂ, ਅਤੇ ਹੁਣ ਜਿੰਨਾ ਕੁ ਬਣੂਗਾ ਉਨਾ ਕੁ ਬਣਾ ਲਾਂਗੇ। ਬਾਕੀ ਹੁਣ ਪ੍ਰਸ਼ਾਦਾ ਲੱਗਿਆ ਖਾਣ, ਅਤੇ ਬਸ ਰੋਟੀ ਖਾਣ ਲੱਗਿਆ ਸਿੰਪਲ ਬਾਈ, ਦਾਲ ਰੋਟੀ ਸਿੰਪਲ, ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ, ਬਸ ਉਹ ਚੀਜ਼ ਆ ਆਪਣਾ। ਕੈਰੀ ਮਿਲਕ ਨਹੀਂ ਹੈਗੀ, ਦਸ ਵਾਲੀ ਹੈ, ਦਸ ਵਾਲੀ ਦੇ ਦੇ, ਦਸ ਵਾਲੀ ਨਹੀਂ ਹੈਗੀ, ਦੂਜੀ ਡੈਰੀ ਮਿਲਕ ਨਹੀਂ ਹੈਗੀ, ਜਾਂ ਮਿਲਕੀ ਬਾਰ ਲੈ ਲਓ, ਹੈਗੀ ਹੈਗੀ। ਹਾਂ ਪੁੱਛ ਕਿੰਨੇ ਦਵੇਂ, ਦੇਖ ਲੈ ਕਿੰਨੀ ਵਾਲੀ ਹੈ, ਦਸ ਦਸ ਰੁਪਏ ਵਾਲੀ, ਬਸ ਦਸ ਦਸ ਵਾਲੀਆਂ ਦੇ ਦੇ ਤੂੰ, ਦੋ ਹੀ ਦੋ ਦੇ ਦੇ।
ਸਭ ਤੋਂ ਪਹਿਲਾਂ ਉਰੇ ਇਹ ਜਿਹੜਾ ਬਾਜ਼ਾਰ ਹੈ ਦਿਖਦਾ ਤੁਹਾਨੂੰ, ਇਹ ਬਾਜ਼ਾਰ ਹੁੰਦਾ ਸੀਗਾ ਸਰਹੰਦ, ਜਦ ਕੋਈ ਬਾਜ਼ਾਰ ਨਹੀਂ ਹੁੰਦਾ ਸੀਗਾ, ਜਦ ਇਹ ਬਾਜ਼ਾਰ ਹੁੰਦਾ ਸੀਗਾ ਸਭ ਤੋਂ ਪੁਰਾਣਾ ਬਾਜ਼ਾਰ ਇਹ ਹੈ, ਯਾਨੀ ਕਿ ਇੱਥੇ ਕੋਈ ਬਾਜ਼ਾਰ ਨਹੀਂ ਤਾਂ ਹੁੰਦਾ, ਇਹੀ ਬਾਜ਼ਾਰ ਹੁੰਦਾ ਸੀਗਾ ਅੱਗੇ ਸੰਗਤਪੁਰੇ, ਪਟਿਆਲੇ ਤੋਂ ਬਾਅਦ ਇਹ ਸੰਗਤਪੁਰਾ ਸ਼ਹਿਰ ਹੁੰਦਾ ਸੀਗਾ, ਇੱਥੇ ਲੋਕ ਆਉਂਦੇ ਹੁੰਦੇ ਸੀਗੇ ਹਰ ਚੀਜ਼ ਲੈਣ, ਲੈ ਸੁਨਿਆਰੇ ਤੋਂ ਲੈ ਕੱਪੜੇ ਦੀ ਦੁਕਾਨਾਂ ਤੋਂ ਸਾਰਾ ਕੁਛ ਇੱਥੇ ਮਿਲਦਾ ਹੁੰਦਾ ਸੀਗਾ। ਮੈਂ ਮਾੜਾ ਜਿਹਾ ਇੱਥੇ ਕੰਮ ਆਇਆ ਸੀਗਾ ਸੰਗਤਪੁਰੇ, ਅਤੇ ਹੁਣ ਆਪਾਂ ਚੱਲਦੇ ਹਾਂ ਘਰ। ਠੀਕ ਹੈ ਜੀ, ਹੁਣ ਆਪਾਂ ਕਰਦੇ ਹਾਂ ਬਲੌਗ ਨੂੰ ਪੂਰਾ, ਅਤੇ ਕੱਲ੍ਹ ਮਿਲਾਂਗੇ ਨਵੇਂ ਬਲੌਗ 'ਚ। ਅੱਜ ਦਾ ਬਲੌਗ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਸ਼ੇਅਰ ਕਰਿਓ ਅਤੇ ਲਾਈਕ ਕਰਨਾ ਨਾ ਭੁੱਲਿਓ, ਅਤੇ ਕੱਲ੍ਹ ਮਿਲਾਂਗੇ ਨਵੇਂ ਬਲੌਗ ਚੁੱਕ ਕੇ ਜੀ। ਸਤਿ ਸ਼੍ਰੀ ਅਕਾਲ, ਬਾਏ।